ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਗਾ ਸਵਾਗਤ ਤੁਹਾਨੂੰ ਪਤਾ ਹੀ ਹੈ ਕਿ ਸੋਮਵਾਰ ਤੋਂ ਸ਼ਨੀਵਾਰ ਤੱਕ ਪੰਨੂ ਸਾਹਿਬ ਦਾ ਸਾਥ ਹੁੰਦਾ ਤੇ ਦੇਸ਼ ਦੁਨੀਆ ਦੀਆਂ ਖਬਰਾਂ ਤੇ ਅਸੀਂ ਚਰਚਾ ਕਰਦੇ ਆ ਪੰਨੂ ਸਾਹਿਬ ਹਰ ਰੋਜ਼ ਜਿਹੜਾ ਨਾਲ ਨੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਫਿਰ ਕਰਦੇ ਖਬਰਾਂ ਤੇ ਗੱਲਬਾਤ ਨੂੰ ਸਵਾਗਤ ਜੀ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਨਵਜੀਤ ਜੀ ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਯੂਕੇ ਦੇ ਪ੍ਰਧਾਨ ਮੰਤਰੀ ਦੀ ਚੋਣ ਤੇ ਰਿਸ਼ੀ ਸੂਨਕ ਦੂਜੇ ਗੇਟ ਦੀਆਂ ਚੋਣਾਂ ਵੀ ਜਿੱਤ ਗਿਆ ਕਿੰਨਾ ਇੱਕ ਰਾਹ ਪੱਧਰਾ ਲੱਗਦਾ ਤੇ ਕਿੰਨਾ ਕ ਦੇਖੋ ਜਿਉਂ-ਜਿਉਂ ਪਲ-ਪਲ ਕਰਕੇ ਇੱਕ-ਇੱਕ ਕਦਮ ਕਰਕੇ ਰਿਸ਼ੀਸਤਨ ਇੱਕ ਅੱਗੇ ਵਧ ਰਿਹਾ ਜੀ ਭਾਰਤੀ ਲੋਕਾਂ ਦੀਆਂ ਭਾਵਨਾਵਾਂ ਉਹਦੇ ਨਾਲ-ਨਾਲ ਜੁੜਦੀਆਂ ਜਾ ਰਹੀਆਂ ਸਿਰਫ ਭਾਰਤ ਵਿੱਚ ਬੈਠਿਆਂ ਦੀ ਨਹੀਂ ਭਾਰਤ ਤੋਂ ਬਾਹਰल्या ਦੀ ਤੁਸੀਂ ਉਹ ਦਿਨ ਨਹੀਂ ਵੇਖੇ ਅਸੀਂ ਵੇਖੇ ਆ ਜਦੋਂ ਅਜੇ ਨਵਾਲਿਕ ਕੁੜੀ ਸੀ ਸਾਨੀਆਂ ਮਿਰਜਾ ਇਹ ਤੁਰੀ ਇੱਕਦਮ ਚੜੀ ਸਾਰੇ ਪਾਸੇ ਸਾਨੀਆਂ ਸਾਨੀਆਂ ਤੇ ਸਾਰੇ ਦੇਸ਼ ਦੇ ਵਿੱਚ ਇਹਦੇ ਵਾਸਤੇ ਹਾਲਾਂਕਿ ਮੁਸਲਮਾਨ ਕੁੜੀ ਸੀ ਮੰਤਰਾ ਚ ਹਵਨੋਂ ਲੱਗ ਪਈ ਕਿ ਇਹ ਕੁੜੀ ਭਾਰ ਦਾ ਨਾਮ ਚੱਕਰੇਗੀ ਜਿਸ ਦਿਨ ਇਹ ਨੇ ਜਾ ਕੇ ਪਹਿਲੀ ਵਾਰੀ ਕੋਈ ਚੈਂਪੀਅਨਸ਼ਿਪ ਜਿੱਤਨੀ ਸੀ ਸਾਰਾ ਦੇਸ਼ ਐਨ ਟੈਨਸ ਹੋ ਆਪਿਆ ਸੀ ਕਿ ਅੱਜ ਕੀ ਬਣੇਗਾ ਇਹਦੇ ਇੱਕ ਇੱਕ ਸ਼ਾਟ ਦੇ ਉੱਤੇ ਲੋਕ ਨੱਚਦੇ ਸਨ ਪਰ ਜਦੋਂ ਦੂਸਰਾ ਦੂਸਰੀ ਪਲੇਅਰ ਜਿਹੜੀ ਆ ਉਹ ਨੰਬਰ ਲੈ ਜਾਂਦੀ ਸੀ ਤੇ ਉਦੋਂ ਲੋਕੀ ਇੱਕਦਮ ਨੀਵੀਆਂ ਪਲਦੇ ਸਨ ਵੀ ਇਹ ਕੀ ਹੋ ਰਿਹਾ ਅਖੀਰ ਇਹ ਜਿੱਤ ਗਈ ਸਾਰੇ ਹਿੰਦੁਸਤਾਨ ਦੇ ਪੁਟਾਕੇ ਚੱਲੇ ਸਨ ਕੁਝ ਮੌਕੇ ਬਣ ਜਾਂਦੇ ਹਨ ਉਹ ਰਿਸ਼ੀ ਸ਼ਨਕ ਦੇ ਸਵਾਲ ਦੇ ਉੱਤੇ ਲੋਕਾਂ ਦੀਆਂ ਭਾਵਨਾਵਾਂ ਇਸ ਪਾਸੇ ਜੁੜਨ ਦਾ ਇੱਕ ਖਾਸ ਕਾਰਨ ਹੈ ਜੀ ਸਾਡੇ ਉੱਤੇ ਅੰਗਰੇਜ਼ਾਂ ਨੇ 200 ਸਾਲ ਰਾਜ ਕੀਤਾ ਪੰਜਾਬ ਤੇ ਤਾਂ 100 ਸਾਲ ਬਾਕੀ ਭਾਰਤ ਤੇ 200 ਸਾਲ ਕੀਤਾ ਭਾਰਤ ਦੇ ਲੋਕਾਂ ਵਾਸਤੇ ਇਹ ਗੱਲ ਬਹੁਤ ਵੱਡੀ ਹੈ ਕਿ ਜਿਹੜੀ ਬ੍ਰਿਟਿਸ਼ ਨੇਸ਼ਨ ਸਾਡੇ ਉੱਤੇ ਰਾਜ ਕਰਦੀ ਰਹੀ ਜਿਹਦੇ ਅਸੀਂ ਕੱਲ ਤੱਕ ਗੁਲਾਮ ਹੁੰਦੇ ਸੀ ਜਿਹੜੇ ਜਾਣ ਲੱਗਿਆਂ ਵੀ ਇਹ ਸੋਚ ਕੇ ਗਿਆ ਸੀ ਕਿ ਇਹਨਾਂ ਤੋਂ ਕਿਹੜਾ ਰਾਜ ਚੱਲਣਾ ਸਾਨੂੰ ਆਪੇ ਬਾਅਦ ਚ ਸਦਣਗੇ 500 ਤੋਂ ਵੱਧ ਜਿਹੜੇ ਦੇਸੀ ਰਾਜੇ ਸੀ ਉਹਨਾਂ ਨੂੰ ਆਜ਼ਾਦ ਵੀ ਇਸ ਕਰਕੇ ਕੀਤਾ ਸੀ ਕਿ ਆਪੋ ਚ ਲੜਨਾ ਸ਼ੁਰੂ ਕਰ ਦੇਣ ਜੀ ਨਾਲ ਨਹਿਰੂ ਤੇ ਸਰਦਾਰ ਪਟੇਲ ਨਾਲ ਲੜਨ ਕੰਟਰੋਲ ਹੋਵੇ ਨਾ ਤੇ ਉਹ ਸਾਨੂੰ ਆਖਣਗੇ ਪਾਕਿਸਤਾਨ ਵੱਖਰਾ ਵੀ ਇਸ ਕਰਕੇ ਕੀਤਾ ਸੀ ਤੇ ਪਾਕਿਸਤਾਨ ਵੀ ਇੱਕ ਦਿਵਜਾ ਦੋਹਾਂ ਪਾਸੇ ਚੜਦੇ ਪਾਸੇ ਵੀ ਸਾਡੇ ਸਿਰ ਤੇ ਸਵਾਰ ਕੀਤਾ ਸੀ ਈਸਟ ਪਾਕਿਸਤਾਨ ਤੇ ਲੈਹਿੰਦੇ ਪਾਸੇ ਉਹ ਈਸਟ ਪਾਕਿਸਤਾਨ ਬਾਅਦ ਚ ਬੰਗਲਾਦੇਸ਼ ਬਣ ਗਿਆ ਇਹ ਸਾਰੀ ਖੇੜੇ ਹੋ ਸੀ ਉਹ ਹਰ ਤੱਕ ਸਾਰੇ ਲੋਕ ਸੋਚਦੇ ਨੇ ਹੁਣ ਇਹ ਜਿਸ ਤਰ੍ਹਾਂ ਸੋਚਿਆ ਜਾ ਰਿਹਾ ਉਹਨੂੰ ਜੇ ਅਸੀਂ ਵੇਖੀਏ ਤੇ ਲੋਕਾਂ ਦੀਆਂ ਇਹ ਭਾਵਨਾ ਇਸ ਪੱਖੋਂ ਆ ਕਿ ਉਸ ਦੇਸ਼ ਦੇ ਵਿੱਚ ਠੀਕ ਹੈ ਅਜਨਾ ਸੀ ਗੁਲਾਮ ਨਾ ਗੁਲਾਮ ਉਹ ਆਪਣੇ ਤਾਂ ਆਜ਼ਾਦ ਸੀ ਆਪਣੇ ਤਾਂ ਆਜ਼ਾਦ ਪਰ ਇਹ ਕਿੱਡੀ ਮਾਨ ਵਾਲੀ ਗੱਲ ਹੋਵੇਗੀ ਕਿ ਸਾਡੇ ਦੇਸ਼ ਦਾ ਕੋਈ ਪਰਿਵਾਰ ਉੱਥੇ ਗਿਆ ਤੇ ਉਹਨਾਂ ਦਾ ਬੱਚਾ ਉਸ ਬਰਤਾਨੀਆ ਦੇ ਵਿੱਚ ਪ੍ਰਧਾਨ ਮੰਤਰੀ ਦੇ ਅਹੁਦੇ ਤੱਕ ਚਲਾ ਜਾਵੇ ਜਿਹੜਾ ਬਤਨੀਆਂ ਸੜ ਤੇ ਰਾਜ ਕਰਦਾ ਰਿਹਾ ਸੀ ਅਡ ਅਡ ਥਾਵਾਂ ਤੇ ਉਹਦੇ ਪੱਖ ਵਿੱਚ ਕੋਈ ਪੂਜਾ ਪਾਠ ਕਰੀ ਜਾ ਰਿਹਾ ਕੋਈ ਕੁਝ ਕਰੀ ਜਾ ਰਿਹਾ ਭਾਵਨਾਵਾਂ ਨੇ ਔਰ ਕੱਲੇ ਇੱਥੇ ਨਹੀਂ ਦੁਨੀਆ ਭਰ ਚ ਬੈਠੇ ਹਿੰਦੁਸਤਾਨੀਆਂ ਨੇ ਭਾਵਨਾਵਾਂ ਉਹਦੇ ਨਾਲ ਜੁੜੀਆਂ ਜੁੜੀਆਂ ਮੈਨੂੰ ਨਹੀਂ ਪਤਾ ਉਹਦੀਆਂ ਨੀਤੀਆਂ ਕੱਲ ਨੂੰ ਕੀ ਹੋਣਗੀਆਂ ਭਾਰਤ ਦੇ ਸਵਾਲ ਤੇ ਉਹ ਕੀ ਕਰੇਗਾ ਅੱਗੇ ਕਮਲਾ ਹੈਰਿਸ ਦੁਨੀਆ ਦੀ ਸੁਪਰ ਪਾਵਰ ਅਮਰੀਕਾ ਦੀ ਉਪ ਰਾਸ਼ਟਰਪਤੀ ਬਣ ਗਈ ਔਰ ਉਹ ਉਪ ਰਾਸ਼ਟਰਪਤੀ ਉਹਦਾ ਉੱਥੇ ਬਣਨਾ ਜਦੋਂ ਸੀਗਾ ਕਿਤੇ ਭਾਰਤ ਵਿੱਚ ਉਹਦੇ ਵਾਸਤੇ ਕਿੰਨਾ ਪੂਜਾ ਪਾਠ ਹੋਇਆ ਸੀ ਜੀ ਇਹਦੇ ਸਵਾਲ ਦੇ ਉੱਤੇ ਵੀ ਆ ਇਹ ਪਹਿਲਾ ਗੇੜ ਜਿੱਤ ਗਿਆ ਸੀ ਦੀ ਆਪਾਂ ਕੱਲ ਗੱਲ ਕਰ ਚੁੱਕੇ ਸੀ ਕੱਲ ਫਿਰ ਵੋਟਾਂ ਪਈਆਂ ਦੂਸਰੇ ਗੇੜ ਦੀਆਂ ਪਹਿਲੇ ਗੇੜ 'ਚ ਇਹਨੂੰ 88 ਪਾਰਲੀਮੈਂਟ ਮੈਂਬਰਾਂ ਨੇ ਵੋਟ ਦਿੱਤੀ ਸੀ ਦੂਸਰੇ ਗੇੜ 'ਚ 13 ਹੋਰ ਵਧ ਕੇ 101 ਹੋ ਗਿਆ ਇਹਦੇ ਤੋਂ ਦੂਜੇ ਨੰਬਰ ਤੇ ਜਿਹੜੀ ਬੀਬੀ ਆ ਉਹਨੂੰ ਪਹਿਲੇ ਗੇੜ 'ਚ 77 ਮਿਲੀਆਂ ਸੀ ਉਹਦੀਆਂ ਵੀ ਵਧੀਆਂ ਪਰ ਸਿਰਫ 6 ਵਧੀਆਂ 77 ਤੋਂ 83 ਤੇ ਗਈ ਹੈ ਜੀ ਇਹ ਜਿਹੜਾ ਇਹ ਇੱਕਦਮ 88 ਤੋਂ ਬਾਅਦ ਕਿ 101 ਤੇ ਚਲਾ ਗਿਆ ਹੁਣ ਜਿਹੜਾ ਤੀਸਰਾ ਗੇੜ ਹੈ ਉਹਦੀਆਂ ਵੋਟਾਂ ਪੜੀਆਂ ਨੇ 18 ਤਰੀਕ ਨੂੰ ਇਸ ਤੋਂ ਬਾਅਦ ਵੀ ਇੱਕ ਗੇੜ ਹੋਰ ਹੋਣਾ ਜਦੋਂ ਇੱਥੇ ਸਾਰਾ ਕੁਝ ਪਾਸ ਹੋ ਜਾਂਦਾ ਫਿਰ ਇਨ੍ਹਾਂ ਦੇ ਸ਼ਾਇਦ ਪੌਣੇ 1-2 ਲੱਖ ਮੈਂਬਰ ਨੇ ਇਸ ਪਾਰਟੀ ਦੇ ਬਕਾਇਦਾ ਰਜਿਸਟਰਡ ਮੈਂਬਰ ਫਿਰ ਉਹਨਾਂ 'ਚ ਵੋਟਿੰਗ ਕਰਾਈ ਜਾਵੇਗੀ ਕਿ ਬਹੁਤ ਸੰਪਤੀਆਂ ਨੂੰ ਪਸੰਦ ਕਰਦੀ ਕਿ ਨਹੀਂ ਕਰਦੀ ਇਹ ਸਾਰੇ ਮੌਕੇ ਆਉਣੇ ਉੱਥੋਂ ਤੱਕ ਲੋਕਾਂ ਦੀਆਂ ਭਾਵਨਾਵਾਂ ਜਿਸ ਤਰ੍ਹਾਂ ਆਗੀਆਂ ਨੇ ਉਦੇ ਮੁਤਾਬਕ ਮੈਂ ਸਮਝਦਾ ਕਲੀਆਂ ਭਾਵਨਾਵਾਂ ਨਹੀਂ ਹੁੰਦੀਆਂ ਉਹ ਭਾਰਤੀਆਂ ਦਾ ਪ੍ਰਧਾਨ ਮੰਤਰੀ ਨੀਗਾ ਪ੍ਰਧਾਨ ਮੰਤਰੀ ਬਟੇਨ ਦਾ ਜੰਮਿਆ ਪੜਾ ਉੱਥੋਂ ਦਾ ਉਹਨੂੰ ਪੁੱਛੋ ਤੀ ਉਹ ਆਕੂ ਆਮ ਪ੍ਰਾਊਡ ਟੂ ਬੀ ਬ੍ਰਿਟਨ ਪਰ ਉੱਥੇ ਰਹਿੰਦਿਆਂ ਜੇ ਕੋਈ ਇਹ ਸਮਝੇ ਕਿ ਉਹ ਨੀਤੀਆਂ ਭਾਰਤ ਵਾਸਤੇ ਬਣਾਵੇਗਾ ਭਾਰਤ ਵਾਸਤੇ ਉਹਨੇ ਨਹੀਂ ਬਣਾਉਣੀਆਂ ਵੋਟਾਂ ਨਹੀਂ ਉੱਥੋਂ ਵਾਲਾਂ ਦੀ ਲੈਣੀਆਂ ਭਾਰਤੀ ਲੋਕਾਂ ਦੀ ਥੋੜ੍ਹੀ ਲੈਣੀਆਂ ਜਿਹੜੇ ਭਾਰਤੀ ਉੱਥੇ ਵੱਸਦੇ ਉਹਨਾਂ ਤੋਂ ਮੰਗ ਸਕਦਾ ਜੀ ਬਿਲਕੁਲ ਪਰ ਭਾਰਤੀ ਥੋੜੇ ਨੇ ਉੱਥੇ ਗੋਰੇ ਲੋਕ ਜਿਹੜੇ ਜੱਦੀ ਪੁਸ਼ਤੀ ਨੇ ਉਹ ਵੱਧ ਨੇ ਉਹਨਾਂ ਦੀਆਂ ਵੋਟਾਂ ਮਿਲਣੀਆਂ ਇਸ ਕਰਕੇ ਇਹ ਸਮਝਣਾ ਕਿ ਉੱਥੇ ਬਹਿ ਕੇ ਉਹ ਭਾਰਤ ਦੇ ਪੱਖ ਦੀਆਂ ਨੀਤੀਆਂ ਮੋੜਾ ਕੱਟ ਦੇਗਾ ਇਹ ਨਹੀਂੋ ਕੱਟ ਸਕਦਾ ਚਲਦਾ ਉਹਨੂੰ ਉਹਨੂੰ ਹਰ ਗੱਲ ਇਹ ਸੋਚ ਕੇ ਕਰਨੀ ਪੈਗੀ ਕਿ ਗ੍ਰੇਟ ਬ੍ਰਿਟਨ ਜਾਂ ਯੂਕੇ ਦੇ ਲੋਕਾਂ ਦੇ ਹਿੱਤ ਕਿਹੜੀ ਗੱਲ ਚ ਆ ਉਹਨੇ ਉੱਥੋਂ ਦੇ ਹਿੱਤ amare ਸੁchna ਪਰ ਭਾਵੇਂ ਉੱਥੋਂ ਬਾਰੇ ਸੋਚੇ ਕਬਲਾ ਹਰ ਸਕੜਾ ਸਾਡੇ ਬਾਰੇ ਸੋਚਦੀ ਪਈ ਬਿਲਕੁਲ ਉੱਥੋਂ ਬਾਰੇ ਵੀ ਸੋਚੇ ਤੇ ਸਾਡ ਲਈ ਇਹੋ ਗੱਲ ਬੜੀ ਲੋਕਾਂ ਵਾਸਤੇ ਮਾਨਣ ਵਾਲੀ ਆ ਕਿ ਸਾਡਾ ਕੋਈ ਗਿਆ ਉਸ ਬਗਾਨੇ ਮੁਲਕ ਵਿੱਚ ਜਾ ਕੇ ਇੰਨੇ ਤੁਮ ਪੈ ਗਈ ਕਿ ਸਿੱਖ ਲਈ ਪੋਲਿਟਿਕਲ ਉਹ ਅਸਤਾ ਕੋ ਉਸ ਕੋ ਸਿੱਧਾ ਕੋ ਪਹੁੰਚ ਗਿਆ ਜੀ ਆ ਗੱਲ ਹੈ ਜਿਹੜੀ ਭਾਵਨਾ ਵਿੱਚ ਲੋਕੀ ਹੁਣ 18 ਤਰੀਕ ਦੀ VOTING ਵੀ ਫੇਰ ਦੇਖਣਗੇ ਜੀ ਪਰ ਸਰ ਜੇ ਭਾਰਤ ਦੀ ਗੱਲ ਕਰੀਏ ਰਾਜਨੀਤੀ ਪਾਰਲੀਮੈਂਟ ਦੇ ਬਾਹਰ ਰੋਸ ਪ੍ਰਦਰਸ਼ਨ ਬਹੁਤ ਹੁੰਦੇ ਰਹੇ ਪਹਿਲਾਂ ਵੀ ਉਹਨਾਂ ਤੇ ਪਾਬੰਦੀ ਲਗਾ ਦਿੱਤੀ ਗਈ। ਇੱਕ ਗੱਲ ਹੋਰ ਦੱਸਿਓ ਕੱਲ ਤੇ ਬੜੀ ਚਰਚਾ ਚੱਲਦੀ ਆ ਸ਼ਬਦ ਨਹੀਂ ਵਰਤਣਾ ਕਦੀ ਕੋਈ ਸ਼ਬਦ ਕਦੀ ਨਟੰਕੀ ਵਾਲੇ ਇਹ ਜਿਹੜੀਆਂ ਗੱਲਾਂ ਹੋ ਰਹੀਆਂ ਇਹ ਕਿੱਧਰ ਨੂੰ ਤੁਰਲੇ ਪਾਸੇ ਕਿੱਧਰਲੇ ਪਾਸੇ ਨੂੰ ਤੁਰਦੇ ਜਾ ਰਹੇ ਆ ਦੇਖੋ ਜਿਹਦੇ ਹੱਥੇ ਚ ਕਮਾਂਡ ਹੁੰਦੀ ਆ ਨਾ ਜੀ ਉਹ ਇਹ ਚਾਹੁੰਦਾ ਕਿ ਹੁਣ ਚੰਦ ਸੂਰਜ ਤਾਰੇ ਵੀ ਮਰਜ਼ੀ ਮਰਜ਼ੀ ਮੁਤਾਬਕ ਚੱਲਣ ਜੀ ਫੈਸਲੇ ਕਮਾਂਡ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਥ ਜਦੋਂ ਇਹਨੇ 2014 ਦੇ ਚੋਣ ਲੜੀ ਸੀ ਇਹਨੇ ਹਿੰਦੂਤਵ ਦੀ ਆਵਾਜ਼ ਚੁੱਕੀ ਸੀ ਤੇ ਥਾਂ ਥਾਂ ਤੇ ਇਹਦੇ ਵਾਸਤੇ ਨਾਰਾ ਲੱਗਾ ਸੀ ਹਰ ਹਰ ਮੋਦੀ ਘਰ ਘਰ ਮੋਦੀ ਅੱਜ ਤੱਕ ਹਿੰਦੂ ਧਰਮ ਦੇ ਵਿੱਚ ਭਗਵਾਨ ਸ਼ਿਵ ਮਹਾਦੇਵ ਤੋਂ ਬਗੈਰ ਕਦੇ ਕਿਸੇ ਨਾਲ ਹਰ ਹਰ ਨਹੀਂ ਆਖਿਆ ਗਿਆ ਹਰ ਹਰ ਮਹਾਦੇਵ ਦਾ ਨਾਰਾ ਲੱਗਦਾ ਸੀ ਪਹਿਲੀ ਵਾਰੀ ਮਹਾਦੇਵ ਨੂੰ ਪੁਲਾ ਕੇ ਹਰ ਹਰ ਮੋਦੀ ਆਖਿਆ ਗਿਆ ਜੀ ਫਿਰ ਨਮੋ ਨਮੋ ਇਹ ਤਾਂ ਮੰਤਰਾਂ ਦੇ ਵਿੱਚ ਆਚਰਨ ਹੈ ਪਰ ਇਹਦਾ ਨਮੋ ਕਿਉਂਕਿ ਨਾ ਫਰ ਨਰਿੰਦਰ ਮੋ ਫਰ ਮੋਦੀ ਉਹਨੂੰ ਜੋੜ ਕੇ ਨਮੋ ਨਮੋ ਰਾਜਨੀਤੀ ਨਾਲ ਵੀ ਕਰ ਦਿੱਤੀ ਵੀ ਭਾਜਪਾ ਨਾਲ ਵੀ ਜੋੜ ਦਿੱਤੀ ਵੀ ਇਹ ਕਿਉਂਕਿ ਇਸ ਕਿਸਮ ਦੇਾਰੇ ਜਿਹੜੇ ਉਹ ਚੁੱਕਦੇ ਰਹੇ ਨੇ ਹੁਣ ਉਹ ਜਿਸ ਕਿਸਮ ਦਾ ਉਹਨਾਂ ਮਾਹੌਲ ਬਣਾ ਲਿਆ ਸਾਰੇ ਦੇਸ਼ ਦੇ ਵਿੱਚ ਇੱਕ ਖਾਸ ਕਿਸਮ ਦਾ ਜਿਹੜਾ ਮਾਹੌਲ ਆ ਵਿਚਾਰਧਾਰਕ ਤੌਰ ਤੇ ਧਾਰਮਿਕ ਤੌਰ ਤੇ ਜੋ ਮਰਜ਼ੀ ਕਹਿ ਲੋ ਬਣਦਾ ਜਾ ਰਿਹਾ ਉਹਦੇ ਚ ਨਰਿੰਦਰ ਮੋਦੀ ਸਾਹਿਬ ਦੇ ਕੋਲ ਸਪੋਰਟ ਬਹੁਤ ਤਗੜੀ ਆ ਪਿਛਲੀ ਵਾਰੀ ਜਦੋਂ ਸਮਝਦੇ ਸੀ ਕਿ ਇਹਨੂੰ ਟੱਕਰ ਦੇਣ ਵਾਸਤੇ ਫਲਾਣੀ ਪਾਰਟੀ ਫਲਾਣਾ ਗੱਟੜ ਉੱਠਦਾ ਹੋ ਜਾਗਾ ਉਹਨਾਂ ਨਹੀਂ ਅੱਗੇ ਵੱਧ ਸਕੇ ਇਹਦੀਆਂ ਸੀਟਾਂ ਪਿਛਲੀ ਵਾਰੀ 282 ਸੀ ਇਸ ਵਾਰੇ 300 ਤੋਂ ਉੱਪਰ ਚਲੀਆਂ ਗਈਆਂ ਭਾਜਪਾ ਕੱਲੀ ਦੀਆਂ ਭਾਈ ਵੜਨ ਦੇ ਰਲਾ ਕੇ ਹੋਰ ਵੱਧ ਜਾਂਦੀਆਂ ਨੇ ਜਿਹੜੀ ਇੰਨੀ ਤਾਕਤ ਹੱਥ 'ਚ ਆ ਜਾਂਦੀ ਹੈ ਉਦੋਂ ਫਿਰ ਬੰਦਾ ਇਹ ਸੋਚਣ ਲੱਗ ਪੈਂਦਾ ਕਿ ਹੁਣ ਮੇਰੇ ਸਾਹਮਣੇ ਕੋਈ ਉਹ ਇਹ ਕਹਿਣ ਵਾਲਾ ਵੀ ਨਾ ਉਠੇ ਸਿਰ ਨਾ ਚੁੱਕੇ ਕੋਈ ਹੁਣ ਉਹਨਾਂ ਨੇ ਇਹ ਕਹਿਤਾ ਕਿ ਪਾਰਲੀਮੈਂਟ ਦੇ ਵਿੱਚ ਕੁਝ ਸ਼ਬਦ ਵਰਤੇ ਜਾਂਦੇ ਆ ਉਹਨਾਂ ਨੂੰ ਅਨਪਾਰਲੀਮੈਂਟਰੀ ਡਿਕਲੇਅਰ ਕਰ ਦਿਓ ਦਲਾਲ ਮੈਸੂਂਦਾ ਇਦਾਂ ਦੇ ਲਫ਼ਜ਼ ਨਹੀਂ ਵਰਤਨੇ ਚਾਹੀਦੇ ਪਰ ਇਸ ਲਫ਼ਜ਼ ਦੇ ਉੱਤੇ ਤੇ ਪਾਬੰਦੀ ਲਾਉਣੀ ਲਾਉਣੀ ਆ ਨਾਲ ਕੁਝ ਹੋਰ ਲਫ਼ਜ਼ ਇਹੋ ਜਿਹੜੇ ਆਮ ਤੌਰ ਤੇ ਜਵਾਹਰ ਲਾਲ ਨਹਿਰੂ ਦੇ ਵੇਲੇ ਤੋਂ ਲੈ ਕੇ ਤੇ ਮਨਮੋਹਨ ਸਿੰਘ ਦੇ ਵੇਲੇ ਤੱਕ ਵਰਤੇ ਜਾਂਦੇ ਰਹੇ ਹੁਣ ਤੱਕ ਵਰਤੇ ਜਾਂਦੇ ਸਨ ਉਹ ਵੀ ਰੁਕਨੇ ਸ਼ੁਰੂ ਕਰ ਦਿੱਤੇ ਗਏ ਹੁਣ ਮਿਸਾਲ ਦੇ ਤੌਰ ਤੇ ਕਹਿੰਦਾ ਅੰਦੋਲਨ ਜੀ ਵੀ ਜਿਹੜਾ ਉਹ ਨਹੀਂ ਬੋਲਦੇ ਨਾ ਨਾ ਅੰਦੋਲਨ ਜੀ ਵੀ ਬੋਲੋ ਪਰ ਜੁਮਲਾ ਜੀ ਵੀ ਨਹੀਂ ਬੋਲਦੇ ਨਾ ਜੁਮਲਾ ਜੀ ਵੀ ਜੀ ਉਹ ਇਸ ਕਰਕੇ ਕਿ ਅੰਦੋਲਨ ਜੀ ਵੀ ਲਫ਼ਜ਼ ਵਰਤਿਆ ਪ੍ਰਧਾਨ ਮੰਤਰੀ ਨੇ ਜਿਹੜੀ ਗੱਲ ਪ੍ਰਧਾਨ ਮੰਤਰੀ ਆਖਦੇਵੇ ਉਹ ਠੀਕ ਹੈ। ਬਈ ਕੁਝ ਲੋਕ ਇੱਥੇ ਅੰਦੋਲਨਾਂ ਦੇ ਆਸਰੇ ਜਿਉਂਦੇ ਆ ਉਹ ਅੰਦੋਲਨ ਜੀ ਵੀ ਨੇ। ਦੂਜਿਆਂ ਨੇ ਆਖਿਆ ਜੀ ਤੁਸੀਂ ਜੁਮਲਿਆਂ ਦੇ ਆਸਰੇ ਜਿਨੇ ਆ। ਤੁਸੀਂ ਸਿਰਫ ਜੁਮਲੇ ਦਿੰਨੇ ਆ। ਇਹ ਕਹਿ ਕੇ ਕਿ ਇੱਕ ਇੱਕ ਪਰਿਵਾਰ ਦੇ ਖਾਤੇ 'ਚ 15-15 ਲੱਖ ਰੁਪਏ ਪਾ ਦੇਣੇ ਆ। ਬਾਅਦ ਵਿੱਚ ਕਹਿਤਾ ਉਹ ਤਾਂ ਇੱਕ ਜੁਮਲਾ ਥਾ। ਇਹ ਤੁਸੀਂ ਜੁਮਲਾ ਜਿਵੀਂ ਆ। ਪਰ ਇਹ ਆ ਕਿ ਅਸੀਂ ਭਾਵੇਂ ਉਹਨਾਂ ਬਾਰੇ ਕਹਿਤਾ ਉਹਨਾਂ ਨੂੰ ਕਹਿਣ ਦਾ ਹੱਕ ਨਹੀਂ ਕਿ ਸਾਡੇ ਬਾਰੇ ਕੁਝ ਕਹਿ ਸਕਣ। ਅੱਜ ਜਿਹੜੀ ਨੀਤੀ ਇਹ ਨਾ ਬਣਾ ਲਈ ਆ ਇਹ ਨੀਤੀ ਪਾਰਲੀਮੈਂਟਰੀ ਸੋਚ ਦੀ ਪ੍ਰਤੀਕ ਨਹੀਂ। ਪਾਰਲੀਮੈਂਟਰੀ ਸੋਚ ਇਹ ਹੁੰਦੀ ਹੈ ਕਿ ਜੋ ਤੁਸੀਂ ਕਿਸੇ ਵਾਸਤੇ ਕਹਿਣਾ ਤੁਹਾਨੂੰ ਵੀ ਕਹਿਣ ਦਾ ਪੂਰਾ ਮੌਕਾ ਮਿਲੇ ਤੁਹਾਨੂੰ ਕਹਿਣ ਦੀ ਖੋਲ ਹੋਵੇ ਤੇ ਜਿਹੜੀਆਂ ਹੱਦਾਂ ਤੱਕ ਤੁਸੀਂ ਜਾਣੇ ਹੋ ਉਹ ਹੱਦਾਂ ਸਿਰਫ ਤੁਹਾਡੇ ਵਾਸਤੇ ਨਹੀਂ ਇਸ ਲੋਕਤੰਤਰ ਨੇ ਉਹ ਹੱਦਾਂ ਦੂਸਰਿਆਂ ਵਾਸਤੇ ਵੀ ਦਿੱਤੀਆਂ ਨੇ ਜੀ ਜੇ ਮੈਨੂੰ ਕੁਝ ਵੀ ਕਹਿਣਾ ਆਉਂਦਾ ਤੇ ਫਿਰ ਮੈਨੂੰ ਸਹਿਣਾ ਵੀ ਆਉਣਾ ਚਾਹੀਦਾ ਬਿਲਕੁਲ ਜਿਵੇਂ ਉਹਨਾਂ ਸਾਰਿਆਂ ਤੇ ਹਰ ਗੱਲ ਜਿੱਦਾਂ ਮਰਜ਼ੀ ਦੋਸ਼ ਲਾ ਸਕਦਾ ਤੇ ਫਿਰ ਲੋਕਾਂ ਨੂੰ ਵੀ ਅਗਲੇ ਪਾਸੇ ਜਵਾਬ ਦੇਣ ਦੀ ਲੋੜ ਉਹਨਾਂ ਨੇ ਆਪਣਾ ਪੱਖ ਰੱਖਣਾ ਨਹੀਂ ਉਹਨਾਂ ਨੂੰ ਜਵਾਬ ਦੇਣ ਦਾ ਮੌਕਾ ਦੇਣਾ ਚਾਹੀਦਾ ਹੁਣ ਤਬਾਸ਼ਾ ਇਹ ਹੱਕ ਇੱਕ ਪਾਸੇ ਤੋਂ ਉੱਥੇ ਆਖਿਆ ਜਾ ਰਿਹਾ ਕਿ ਆਹ ਲਫ਼ਜ਼ ਆਹ ਲਫ਼ਜ਼ ਆਹ ਲਫ਼ਜ਼ ਆਹ ਲਫ਼ਜ਼ ਇਹ ਪਾਰਲੀਮੈਂਟ ਵਿੱਚ ਬੋਲੇ ਨਹੀਂ ਜਾਣਗੇ ਇਹ ਅਨਪਾਰਲੀਮੈਂਟਰੀ ਹੋ ਗਿਆ ਦੂਸਰੇ ਪਾਸੇ ਪਾਰਲੀਮੈਂਟ ਦਾ ਸਪੀਕਰ ਕਹਿ ਰਿਹਾ ਕਿ ਨਹੀਂ ਕੋਈ ਅਨਪਾਰਲੀਮੈਂਟਰੀ ਨਹੀਂ ਹੈ ਤੇ ਕਹਿ ਲਵੋ ਇਸ ਦੀ ਪਾਬੰਦੀ ਨਹੀਂ ਹੈ ਜੀ ਇਹਦਾ ਮਤਲਬ ਫਿਰ ਸਪੀਕਰ ਤੋਂ ਪੁੱਛੇ ਗਿਆ ਲਾਤੀ ਬਿਲਕੁਲ ਇਦਾਂ ਲੱਗਦਾ ਕਿ ਜਿਵੇਂ ਸਰਕਾਰ ਇੱਕ ਕਿਸਮ ਦੀ ਬਲਾਈਂਡ ਗੇਮ ਖੇੜ ਕੇ ਤੇ ਲੋਕਾਂ ਨੂੰ ਉਹਦੇ ਵਿੱਚ ਉਲਝਾ ਕੇ ਰੱਖਣਾ ਚਾਹੁੰਦੀ ਆ ਅਲਟੀਮੇਟਲੀ ਨਿਸ਼ਾਨਾ ਉਹੋ ਹੀ ਆ ਜਿਹਦੇ ਕੋਲ ਵੀ ਜਿਆਦਾ ਤਾਕਤ ਆ ਜਾਏ ਇੰਨੀ ਤਾਕਤ ਆ ਜਾਏ ਕਿ ਉਹਦੇ ਸਾਹਮਣੇ ਕੋਈ ਸਿਰ ਚੁਕਣ ਜੌਨ ਨਾ ਰਹੇ ਉਦੋਂ ਉਹ ਸਰਕਾਰ ਇਹੋ ਕਰਦੀ ਹੁੰਦੀ ਆ ਕਿ ਅਰਥਾਂ ਦੇ ਅਨਰਥ ਹੁੰਦੇ ਆ ਤਾਂ ਵੀ ਕੋਈ ਪਰਵਾਹ ਨਹੀਂ ਪਰ ਜੇ ਅਨਰਥਾਂ ਦੇ ਅਰਥ ਵੀ ਬਣਾਉਣੇ ਹੋਣ ਤੇ ਜੇ ਮੈਂ ਚਾਹਾਂ ਤੇ ਮੈਂ ਬਣਾ ਸਕਦਾ ਦੂਜਾ ਕੋਈ ਨਹੀਂ ਬਣਾ ਸਕਦਾ ਡਿਕਸ਼ਨਰੀਆਂ ਡਾਇਰੈਕਟਰੀਆਂ ਵੀ ਸਾਡੀ ਮਰਜ਼ੀ ਮੁਤਾਬਕ ਚੱਲਣੀਆਂ ਸ਼ਹਿਰਾਂ ਦੇ ਨਾਮ ਸੜਕਾਂ ਦੇ ਨਾਮ ਉਹ ਸਾਡੀ ਮਰਜ਼ੀ ਮੁਤਾਬਕ ਚੱਲਣਗੇ ਜੀ ਕਿਹੜੀ ਕਿਹੜੀ ਗੱਲ ਕਰਨੀ ਕਿਹੜੀ ਨਹੀਂ ਕਰਨੀ ਲੋਕਾਂ ਖਾਣਾ ਕੀ ਪੀਣਾ ਕਹਿਣੀ ਕੀ ਆ ਉਹਦੇ ਬਾਰੇ ਵੀ ਤੈ ਕਿਸੇ ਖਾਸ ਥਾਂ ਤੋਂ ਬੈਠ ਕੇ ਕੀਤਾ ਜਾਵੇਗਾ ਕਿਹਦਾ ਸਮਾਗਮ ਹੋਣਾ ਦਿਨਾ ਕਿਹਦਾ ਨਹੀਂ ਇਹ ਸਾਰਾ ਕੁਝ ਇਹ ਕੋਈ ਡੈਮੋਕ੍ਰੈਟਿਕ ਸੋਚ ਨੇਗੀ ਹਿੰਦੁਸਤਾਨ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਕਿਹਾ ਜਾਂਦਾ ਸਭ ਤੋਂ ਵੱਡਾ ਇਸ ਕਰਕੇ ਨਹੀਂ ਕਿ ਆਬਾਦੀ ਸਭ ਤੋਂ ਵੱਧ ਆ ਇਹਨੂੰ ਰਿਵਾਇਤਾਂ ਵਿੱਚ ਵੀ ਵੱਡਾ ਬਣ ਕੇ ਵਿਖਾਉਣਾ ਪਵੇਗਾ ਇਹ ਨਹੀਂ ਕਿ ਮੁੜ ਕੇ ਕੱਲ ਨੂੰ ਦੂਜੇ ਕਹਿਣ ਗੱਲੀ ਬਾਤੀ ਮੈਂ ਵੱਡੀ ਕਰਤੂਤੀ ਵੱਡੀ ਜਠਾਣੀ ਤੁਸੀਂ ਸਿਰਫ ਗੱਲਾਂ 'ਚ ਵੱਡੇ ਕਰਤੂਤਾਂ ਪੱਖੋਂ ਹੋਰ ਲੋਕਤੰਤਰ ਵੀ ਹੈਗੇ ਆ ਬਾਕੀ ਦੁਨੀਆ ਦੀ ਲਾਜ ਜਿਹੜੀ ਉਹਦਾ ਵੀ ਖਿਆਲ ਰੱਖ ਕੇ ਫੇਟਲਣਾ ਪਏ ਅੱਛਾ ਪੰਸਾਬ ਉੱਤਰ ਕੈਨੇਡਾ ਤੋਂ ਇੱਕ ਖਬਰ ਆਈ ਸੀ ਰਾਤੀ ਰਿਪੂਧਮਨ ਸਿੰਘ ਦਾ ਕਤਲ ਕਰ ਦਿੱਤਾ ਗਿਆ ਇਹਦੇ ਪਿਛਲਾ ਕਾਰਨ ਕੀ ਲੱਗਦਾ ਦੇਖੋ ਰਿਪੂਧਮਨ ਸਿੰਘ ਮਲਕਵਾਦ ਵਿਵਾਦ ਵਾਲੀ ਸ਼ਖਸੀਅਤ ਸੀ ਜੀ ਚਰਚਾਂ ਚ ਰਿਆ ਆਪਰੇਸ਼ਨ ਬਲੂ ਸਟਾਰ ਤੋਂ ਅਗਲੇ ਸਾਲ ਉੱਥੇ ਇੱਕ ਜਾ ਜੁੜਿਆ ਉਹ ਇੰਡੀਆ ਨੂੰ ਆਉਣਾ ਸੀ ਆਇਰਲੈਂਡ ਦੇ ਡਾਗੇ ਬੰਬ ਚੱਲ ਕਿੰਡਿਕ ਪਿਆ ਉਹਦੇ ਵਿੱਚ 329 ਲੋਕ ਮਾਰੇ ਗਏ ਸਨ ਮਸਾਫਰ ਵੀ ਤੇ ਜਹਾਜ਼ ਦਾ ਕਰਿਊ ਯਾਨੀ ਜਿਹੜਾ ਸਟਾਫ ਉਹ ਵੀ ਸਾਰੇ ਉੱਚ ਬੰਬ ਪਲਾਂਟ ਕੀਤਾ ਗਿਆ ਸੀ ਉਸ ਬੰਬ ਕਾਂਡਚੇ ਦਾ ਨਾਮ ਆ ਗਿਆ ਫਿਰ ਕੈਨੇਡਾ ਦੀ ਪੁਲਿਸ ਨੇ ਗ੍ਰਫਤਾਰ ਕਰ ਲਿਆ ਲੰਮਾ ਮਕਦਮਾ ਚੱਲਿਆ ਬਾਅਦ ਚ ਬਰੀ ਹੋ ਗਿਆ ਕਿਸੇ ਨੂੰ ਕੋਈ ਸ਼ੱਕ ਹੋਵੇ ਜਿਹੜਾ ਅਦਾਲਤ ਨੇ ਬਰੀ ਕਰਤਾ ਸੋ ਕਰਤਾ ਕੀ ਕੀਤਾ ਜਾ ਸਕਦਾ ਜੀ ਉਹ ਕੇਸ ਉੱਤੇ ਖਤਮ ਹੋ ਗਿਆ ਉਦੋਂ ਬਾਅਦ ਵੀ ਕਈ ਕਿਸਮ ਦੇ ਵਾਦਾਂ ਵਾਦਾਂ ਵਿੱਚ ਇਹਦਾ ਨਾਂ ਆਉਂਦਾ ਰਿਹਾ ਕਿਸੇ ਵਕਤ ਇਹਨੂੰ ਭਾਰਤ ਵਿਰੋਧੀਆ ਵਿੱਚ ਗਿਣਿਆ ਜਾਂਦਾ ਸੀ ਪਿਛਲੇ ਸਾਲ ਕਹਿੰਦੇ ਆ ਭਾਰਤ ਵੀ ਹੋ ਕੇ ਗਿਆ ਹੋ ਗਿਆ ਠੀਕ ਹੈ ਹੁਣ ਉਹ ਕਿਉਂ ਹੋ ਗਿਆ ਜਿਹੜੀ ਸਰਕਾਰ ਕਦੇ ਇਹਨੂੰ ਬਲੈਕਲਿਸਟ ਵਿੱਚ ਪਾਉਂਦੀ ਕਦੇ ਇਹਨੂੰ ਇੱਥੇ ਬੁਲਾਉਂਦੀ ਸਰਕਾਰ ਨੂੰ ਪਤਾ ਉਹ ਹੁਣ ਉਹ ਸਾਰੀਆਂ ਗੱਲਾਂ ਜਿਹੜੀਆਂ ਨੇ ਬੰਦਾ ਤੁਰ ਗਿਆ ਬੰਦੇ ਦੇ ਨਾਲ ਉਹਦੇ ਵਿਵਾਦ ਤੁਰ ਗਏ ਜਿਹਨੇ ਪੁਣਛਣ ਕਰਨੀਆਂ ਉਹਨਾਂ ਕਰਨੀਆਂ ਤੇ ਕਰਦੇ ਰਹਿਣਗੇ ਇੱਕ ਪੰਜਾਬੀ ਦੇ ਤੌਰ ਤੇ ਇੱਕ ਇਨਸਾਨ ਦੇ ਤੌਰ ਤੇ ਉਹਦੇ ਨਾਲ ਜੋ ਕੁਝ ਵਾਪਰਿਆ ਜਿਸ ਤਰ੍ਹਾਂ ਉਹਦਾ ਕਤਲ ਕੀਤਾ ਗਿਆ ਉਸ ਕਤਲ ਦੀ ਹਰ ਕਿਸੇ ਨੂੰ ਨਿਖੇਤੀ ਕਰਨੀ ਚਾਹੀਦੀ ਹੈ ਉੱਤੇ ਅਫਸੋਸ ਹੋਣਾ ਚਾਹੀਦਾ ਇਸ ਕਰਕੇ ਨਹੀਂ ਕਿ ਉਹ ਕਤਲ ਰਿਪਦੂਮਨ ਸਿੰਘ ਮਲਿਕ ਦਾ ਉਹਦੇ ਨਾਲ ਕਈਆਂ ਨੂੰ ਮਤ ਪੇਦ ਹੋ ਸਕਦੇ ਕਤਲਾਂ ਦੀ ਸਿਆਸਤ ਅੱਜ ਦੇ ਯੁੱਗ ਵਿੱਚ ਜਿਹੜੀ ਆ ਉਹ ਠੀਕ ਨਹੀਂ ਅਸੀਂ ਲੋਕਤੰਤਰ ਦੇ ਯੁੱਗ ਵਿੱਚ ਰਹਿੰਦੇ ਆ ਇਹਦੇ ਵਿੱਚ ਵਿਚਾਰਾਂ ਦੇ ਮਤਭੇਦ ਹੁੰਦੇ ਆ ਪਿੱਛੇ ਵੀ ਰਹੇ ਹੁਣ ਵੀ ਆ ਵਿਚਾਰਾਂ ਦੇ ਮਤਭੇਦ ਗਾਹ ਵੀ ਰਹਣੇ ਜਿਹਦੇ ਨਾਲ ਤੁਹਾਡੇ ਵਿਚਾਰਾਂ ਦਾ ਮਤਭੇਦ ਹੋਵੇ ਉਹਨੂੰ ਮਾਰਨ ਤੁਰਪੋ ਇਹ ਲੋਕਤੰਤਰੀ ਸੋਚ ਨਹੀਂਗੀ ਇਹ ਬਹੁਤ ਪੁਰਾਣੀ ਕਈ ਸਦੀਆਂ ਪੁਰਾਣੀ ਉਹ ਸੋਚ ਹੈ ਜਿਹਦੇ ਵਿੱਚ ਜਿੱਦਾਂ ਸੁਰ ਨਹੀਂ ਮਿਲਦੀ ਉਹਨੂੰ ਮਾਰ ਹੀ ਦਿੱਤਾ ਜਾਵੇ ਇਹ ਸੋਚ ਪਹਿਲਾਂ ਵੀ ਸਮੇਂ ਨੇ ਗਲਤ ਸਾਫਤ ਕੀਤੀ ਆ ਹੁਣ ਵੀ ਪਰ ਬਦਕਿਸਮਤੀ ਨਾਲ ਅਜੇ ਵੀ ਕੁਝ ਲੋਕ ਗੱਲ ਦੇ ਬਜਾਏ ਗੋਲੀ ਤੇ ਭਰੋਸਾ ਜ਼ਿਆਦਾ ਰੱਖਦੇ ਅਸੀਂ ਪਿਛਲੇ ਸਮੇਂ ਚ ਇਦਾਂ ਦੇ ਕਈ ਕਤਲ ਹੋਏ ਵੇਖੇ ਅ ਸਿੱਧੂ ਮੂਸੇਵਾਲਾ ਦਾ ਕਤਲ ਤੇ ਤਾਜ਼ਾ ਤਾਜ਼ਾ ਹੀ ਹੈ ਜੀ ਉਹਦਾ ਸਿੱਧੂ ਮੂਸੇਵਾਲਾ ਗਾਇਕ ਸੀ ਲੋਕਾਂ ਦੇ ਪਪੂਲਰ ਸੀ ਇਹ ਬੈਂਕਰ ਸੀ ਇਹਦੇ ਬਾਰੇ ਉੱਥੇ ਕਈ ਕਿਸਮ ਦੇ ਵਿਵਾਦ ਸੀ ਸਵਾਲ ਇਹਦਾ ਹੋਵੇ ਸਵਾਲ ਉਹਦਾ ਹੋਵੇ ਸਵਾਲ ਕਿਸੇ ਹੋਰ ਦਾ ਹੋਵੇ ਦੂਜੇ ਦਾ ਹੋਵੇ ਤੀਜੇ ਦਾ ਹੋਵੇ ਪੰਜਵੇਂ ਦਾ ਹੋਵੇ ਸਵਾਦ ਇਕ ਜੇ ਕਤਲਾਂ ਦੀ ਲੜੀ ਰੋਕੀ ਨਹੀਂ ਜਾਂਦੀ ਅਜੇ ਇਹਦਾ ਕਤਲਿਆ ਕੱਲ ਨੂੰ ਹੋਦਾ ਹੋਊਗਾ ਮੈਂ ਸਮਝਦਾ ਕਿ ਜਿਸ ਤਰ੍ਹਾਂ ਵੀ ਹੋਇਆ ਜੋ ਵੀ ਹੋਇਆ ਅਸੀਂ ਦੂਰ ਬੈਠੇ ਹਾਂ ਸਾਨੂੰ ਨਹੀਂ ਪਤਾ ਕੀ ਹੋਇਆ ਜੀ ਕੈਨੇਡਾ ਆਜ਼ਾਦ ਦੇਸ਼ ਹੈ ਬੜੀ ਸਾਇੰਸ ਨੇ ਤਰੱਕੀ ਕੀਤੀ ਉਹਨਾਂ ਦੀ ਜਿਹੜੀ ਪੁਲਿਸ ਹੈ ਫੋਰੈਂਸਿਕ ਸਾਇੰਸ ਦੇ ਪੱਖੋਂ ਭਾਰਤ ਦੀਆਂ ਕਿਸੇ ਵੀ ਸੂਬੇ ਦੀ ਪੁਲਿਸ ਨਾਲੋਂ ਤਾਂ ਸਿਆਣੀ ਹੋਊਗੀ ਅਸੀਂ ਆਸ ਰੱਖੀਏ ਕਿ ਉਹ ਏਜੰਸੀਆਂ ਉਹਨਾਂ ਦੀ ਸੱਚ ਸਾਹਮਣੇ ਲਿਆਉਣਗੀਆਂ ਜਦ ਤੱਕ ਸੱਚ ਸਾਹਮਣੇ ਨਹੀਂ ਆਉਂਦਾ ਆਪਣੇ ਤੌਰ ਤੇ ਅੰਦਾਜ਼ੇ ਲਾ ਕੇ ਕਿਸੇ ਨੂੰ ਇਸ ਜਾਂਚ ਵਿੱਚ ਦਖਲ ਨਹੀਂ ਦੇਣਾ ਚਾਹੀਦਾ ਜੀ ਉਡੀਕ ਕਰਨੀ ਚਾਹੀਦੀ ਹੈ ਕਿ ਉੱਥੋਂ ਦੀ ਪੁਲਿਸ ਕੀ ਸਿੱਟੇ ਕੱਢਦੀ ਹੈ ਉਂਝ ਇਹ ਮੈਂ ਤੁਹਾਨੂੰ ਦੱਸ ਦਿਆਂ ਕਿ ਬੜੇ ਵਿਕਸਿਤ ਦੇਸ਼ਾਂ ਵਿੱਚ ਵੀ ਇਸ ਤਰ੍ਹਾਂ ਦੇ ਕਈ ਕਤਲ ਹੋਏ ਹਨ ਜਿਨ੍ਹਾਂ ਤੇ ਬਹੁਤ ਵਿਕਸਿਤ ਦੇਸ਼ਾਂ ਦੀਆਂ ਏਜੰਸੀਆਂ ਵੀ ਕਾਤਲਾਂ ਦਾ ਖੁਰਾ ਨਹੀਂ ਲੱਭ ਸਕੀਆਂ ਇਹ ਤਾਂ ਲੱਭੂ ਕਿ ਨਹੀਂ ਲੱਭੂ ਸਾਨੂੰ ਪਤਾ ਨਹੀਂ ਪਰ ਜੋ ਵੀ ਆ ਸਾਡੇ ਵਿੱਚੋਂ ਕਿਸੇ ਨੂੰ ਵੀ ਬਾਹਰੋਂ ਕੋਈ ਦਖਲ ਦੇਣ ਦੇ ਬਜਾਏ ਉਥੋਂ ਦੇ ਪੁਲਿਸ ਤੇ ਪੜੋਸਾ ਕਰਨਾ ਚਾਹੀਦਾ ਕਿਉਂਕਿ ਕਿਸੇ ਨਾ ਕਿਸੇ ਪਾਸੇ ਗੱਲ ਕਿਸੇ ਸਿਰੇ ਲਵੇਗੀ ਪੰਸਰ ਜੋ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਨੌਕਰੀ ਦੀ ਬਹੁਤ ਲੋੜ ਹੈ ਕੈਪਟਨ ਅਵਰਿੰਦਰ ਸਿੰਘ ਦਿੱਲੀ ਜੀ ਗਏ ਸੀ ਤੇ ਉੱਥੇ ਦਾਵਾ ਕਰਕੇ ਆਏ ਸੀ 11 ਲੱਖ ਨੌਕਰੀਆਂ ਦਿੱਤੀਆਂ ਕਾਗਜ਼ੀ ਸੀ ਕਿ ਸੱਚੀ ਸੀ ਪਤਾ ਨਹੀਂ ਲੱਗਿਆ ਚੰਨੀ ਸਾਹਿਬ ਦੀ ਸਰਕਾਰ ਆਈ ਕਹਿੰਦੇ 36000 ਮੁਲਾਜ਼ਮ ਪੱਕੇ ਕਰਦਣੇ ਆ ਆਪ ਚਲੇ ਗਏ ਪਰ ਮੁਲਾਜ਼ਮ ਇਦਾਂ ਹੀ ਰਹਿ ਗਏ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਚੀਮਾ ਸਾਹਮਣੇ ਅੱਜ ਦਾਅਵਾ ਕੀਤਾ ਕਿ 36 ਹਜ਼ਾਰ ਮਲਾਜ਼ਮ ਬਹੁਤ ਜਲਦੀ ਪੱਕੇ ਕਰ ਦੇਣੇ ਕਹਿੰਦੇ ਅੰਕੜੇ ਇਕੱਠੇ ਸ਼ੁਰੂ ਕਰਨੇ ਕਰ ਦਿੱਤੇ ਆ ਕਿਵੇਂ ਦੇਖਦੇ ਆ ਇਸ ਖਬਰ ਨੂੰ ਕੈਪਟਨ ਅਮਰਿੰਦਰ ਸਿੰਘ ਨੇ 11 ਲੱਖ ਨੌਕਰੀਆਂ ਦੇ ਦਿੱਤੀਆਂ ਅੱਜ ਤੋਂ 60 ਸਾਲ ਪਹਿਲਾਂ ਅਸੀਂ ਕਿਸਾਨਾਂ ਦੇ ਜਲਸਿਆਂ 'ਚ ਗਾਉਂਦਿਆਂ ਸੁਣਦੇ ਹੁੰਦੇ ਸੀ ਪ੍ਰਤਾਪ ਸਿੰਘ ਕੈਰੋਂ ਦੇ ਵਕਤ ਉਦੋਂ ਅਸੀਂ ਬੱਚੇ ਸਾਂ ਜਦੋਂ ਅਸੀਂ ਸੁਣਦੇ ਹੁੰਦੇ ਸੀ ਗੱਲੀ ਬਾਤੀ ਨਹਿਰ ਦੇਾਂਗੇ ਜੱਟੋ ਲਾ ਲਿਓ ਚੋਨਾ ਇਹ ਵੀ ਗੱਲੀ ਬਾਤੀ ਨਹਿਰ ਸੀ ਜੀ 11 ਲੱਖ ਨੌਕਰੀਆਂ ਮਿਲੀਆਂ ਹੁੰਦੀਆਂ ਪੰਜਾਬ 'ਚ ਤੇ ਬੱਚੇ ਬਾਹਰਲੇ ਮੁਲਕਾਂ ਨੂੰ ਕਿਉਂ ਭੱਜਦੇ ਬਿਲਕੁਲ ਆ ਕਿੰਨੇ ਕਾਲਜ ਇੱਥੇ ਬੰਦ ਹੋ ਗਏ ਕਿੰਨੇ ਸਕੂਲ ਇੱਥੇ ਬੰਦ ਹੋ ਗਏ ਹੁਣ ਤਾਂ ਯੂਨੀਵਰਸਿਟੀਆਂ ਵਾਲਾ ਕੰਮ ਵੀ ਠੱਪ ਹੁੰਦਾ ਫਿਰਦਾ ਜਿਹੜੀਆਂ ਪਹਿਲਾਂ ਧੜਾ ਧੜਾ ਖੁੱਲ ਰਹੀਆਂ ਸੀ ਕੈਪਟਨ ਅਮਨਦੀਪ ਸਿੰਘ ਦੀਆਂ ਹਵਾਈ ਨੌਕਰੀਆਂ ਅਜਿਹਾ 11 ਲੱਖ ਉਹ ਪਤਾ ਨਹੀਂ ਕਿੰਨੋਂ ਮਿਲੀਆਂ ਕਿੱਥੇ ਮਿਲੀਆਂ ਫਿਰ ਚੰਨਜੀਤ ਸਿੰਘ ਚੰਨੀ ਦੀ ਸਰਕਾਰ ਆਈ ਇਹਨਾਂ ਨੇ ਰੋਡਵੇਜ ਤੇ ਪੈਪਸੋਟ੍ਰਾਂਸਪੋਰਟ ਦੀਆਂ ਬੱਸਾਂ ਦੇ ਪਿੱਛੇ ਵੱਡੇ ਵੱਡੇ ਬੋਰਡ ਲਵਾ ਦਿੱਤੇ 36000 ਮੁਲਾਜ਼ਮ ਜਿਹੜੇ ਕੱਚੇ ਸਨ ਅਸੀਂ ਉਹ ਪੱਕੇ ਕਰਤੇ ਕਿੱਥੇ ਕੀਤੇ ਆ ਜਦੋਂ ਸਰਕਾਰ ਚਲੀ ਗਈ ਬਾਅਦ ਚ ਪਤਾ ਕਰਿਆ ਕਹਿੰਦੇ ਜੀ ਅਸੀਂ ਸਿਫਾਰਸ਼ ਭੇਜ ਦਿੱਤੀ ਸੀ ਗਵਰਨਰ ਸਾਹਿਬ ਦੇ ਟੇਬਲ ਦੇ ਉੱਤੇ ਫਾਈਲ ਪਈ ਆ ਉਹਨਾਂ ਅਜੇ ਤੱਕ ਦਸਕਤ ਨਹੀਂ ਕੀਤੀ ਜੀ ਤੇ ਜੇ ਉਹਨਾਂ ਦਸਕਤ ਨਹੀਂ ਸੀ ਕੀਤੀ ਤੇ ਤੁਸੀਂ ਕਿਉਂ ਕਹਤ ਆ ਕਿ ਅਸੀਂ 36000 ਲੋਕਾਂ ਨੂੰ ਨੌਕਰੀਆਂ ਦੇਤੀਆਂ ਇਹਨਾਂ ਨੂੰ ਪੱਕੇ ਕਰ ਦਿੱਤਾ ਨੌਕਰੀਆਂ ਤਾਂ ਪਹਿਲਾਂ ਮਿਲੀਆਂ ਸੀ ਕੱਚੇ ਸੀ ਕਹਤ ਆ ਜੀ ਅਸੀਂ ਪੱਕੇ ਕਰਤਾ ਪੱਕੇ ਹੋਏ ਨਹੀਂ ਹੁਣ ਨਵੀਂ ਸਰਕਾਰ ਆਈ ਐ ਤੇ ਇਹਨਾਂ ਨੇ ਆਖਿਆ ਸੀ ਅਸੀਂ ਪੱਕੇ ਕਰਾਂਗੇ ਇਹ ਮਸਲਾ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਚ ਵੀ ਉੱਠਿਆ ਸੀ। ਉੱਥੇ ਮੁੱਖ ਮੰਤਰੀ ਨੇ ਆਖਿਆ ਸੀ ਜੀ ਆਖਿਆ ਪੱਕੇ ਕਰਾਂਗੇ ਤੇ ਅਸੀਂ ਪੱਕੇ ਕਰਾਂਗੇ। ਬਾਹਰ ਰੌਲਾ ਪਿੰਦਾ ਸੀ ਥਾਂ-ਥਾਂ ਕੱਚੇ ਮਲਾਜਿ ਮੁਜਾਰੇ ਕਰਦੇ ਸਾਨੂੰ ਪੱਕੇ ਕਿਉਂ ਨਹੀਂ ਕੀਤਾ? ਹਾਲਾਂਕਿ ਸਰਕਾਰ ਆਈ ਨੂੰ 3 ਮਹੀਨੇ ਹੋਏ ਸੀ ਹੁਣ 4 ਹੋ ਗਏ। ਜੀ। ਇਹਨਾਂ 4 ਮਹੀਨਿਆਂ ਚ ਅੱਡੀ ਛੇਤੀ ਕਾਲੀ ਦੇ ਵਿੱਚ ਕਈ ਵਾਰੀ ਕਰਨ ਲੱਗਿਆ ਕਈ ਕਾਨੂੰਨੀ ਅੜਚਨਾਵਾਂ ਵੀ ਹੁੰਦੀਆਂ। ਪਿਛਲੀਆਂ ਸਰਕਾਰਾਂ ਨੇ ਜਿਹੜੇ ਬੰਦੇ ਠੇਕੇ ਤੇ ਰੱਖੇ ਆ। ਜਿਹੜਾ ਠੇਕੇ ਦਾ ਕੰਟਰੈਕਟ ਹੈ। ਜਿਹੜਾ ਸਮਝੌਤਾ ਐਗਰੀਮੈਂਟ ਹੈ। ਕਿ ਤੁਹਾਨੂੰ ਇਸ ਤਰ੍ਹਾਂ ਰੱਖਣਾ। ਉਹ ਐਗਰੀਮੈਂਟਾਂ ਨੂੰ ਤੋੜ ਕੇ ਇੱਕਦਮ ਜਦੋਂ ਪੱਕੇ ਕਰਨਾ ਉਹਦੇ ਵਾਸਤੇ ਕਈ ਕਾਨੂੰਨੀ ਪੱਖ ਵੀ ਵੇਖਣੇ ਪਏ ਸੀ ਇਹਨਾਂ ਨੇ ਕਾਹਲੇ ਚ ਕਹਤਾ ਹੁੰਦੇ ਆ ਸਾਰੇ ਅਸੀਂ ਪੱਕੇ ਕਰ ਦਿਆਂਗੇ ਕਰੋਣ ਪੱਕੇ ਉਹ ਕਰਨਾ ਔਖਾ ਸੀ ਫਿਰ ਇਹਨਾਂ ਨੇ ਕੈਬਨਟ ਮੀਟਿੰਗ ਵਿੱਚ ਤਿੰਨ ਮੰਤਰੀਆਂ ਦੀ ਕਮੇਟੀ ਬਣਾਤੀ ਕਿ ਇਹ ਤਿੰਨ ਮੰਤਰੀ ਇਸ ਮਸਲੇ ਨੂੰ ਕਿਸੇ sire ਲਾਉਣਗੇ ਉਹਨਾਂ ਮੰਤਰੀਆਂ ਨੇ ਦੋ ਮੀਟਿੰਗਾਂ ਕਰ ਲੀਆਂ ਨੇ ਉਹਦੇ ਤੋਂ ਬਾਅਦ ਉਹਨਾਂ ਨੇ ਅਫਸਰਾਂ ਨਾਲ ਵੀ ਤੇ ਕਾਨੂੰਨੀ ਜਿਹੜੇ ਸਲਾਹਕਾਰ ਨੇ ਉਹਨਾਂ ਨਾਲ ਵੀ ਗੱਲ ਕੀਤੀ ਆ ਕਿ ਤੁਸੀਂ ਇਹਦੇ ਸਬੰਧ ਚ ਸਾਰੇ ਪਿਛਲੇ ਕੰਟਰੈਕਟ ਵੀ ਵੇਖੋ ਇਹਨਾਂ ਦੀਆਂ ਸਰਵਿਸ ਕੰਡੀਸ਼ਨ ਜਿਹੜੀਆਂ ਪਹਿਲਾਂ ਤੈਅ ਹੋਈਆਂ ਸੀ ਉਹ ਵੀ ਵੇਖੋ ਨਾਲ ਇਹ ਵੀ ਵੇਖੋ ਕਿ ਅੱਗੋਂ ਜੇ ਇਹਨਾਂ ਸਰਾਂ ਨੂੰ ਪੱਕੇ ਕੀਤਾ ਜਾਂਦਾ ਉਹ ਪੱਕੇ ਕਰਨ ਨਾਲ ਬਾਕੀ ਸਰਵਿਸਿਜ਼ ਦੇ ਉੱਤੇ ਕੀ ਪ੍ਰਭਾਵ ਪਵੇਗਾ ਜੀ ਫਿਰ ਵੇਖਣਾ ਇਹ ਵੀ ਪਣਾ ਕਿ ਇਹਨਾਂ ਦੀ ਸਿਨਿਓਰਿਟੀ ਜਦੋਂ ਤੈਅ ਕਰਨੀ ਹੁਣ ਕਿੱਥੋਂ ਕਰਨੀ ਹੈ ਇਹ ਵੀ ਵੇਖਣਾ ਪਣਾ ਇਹਨਾਂ ਨੂੰ ਗ੍ਰੇਡ ਕਿਹੜੇ ਦਿੱਤੇ ਜਾਣ ਇਹ ਵੀ ਵੇਖਣਾ ਪਣਾ ਕਿ ਜਦੋਂ ਇੰਨੇ ਬੰਦੇ ਇਕੱਠੀ ਦੀ ਇਕੱਠੀ ਪਲਟਣ ਪੱਕੇ ਕੀਤੀ ਗਈ ਪਰ ਤੁਨ ਕੀਤੇ ਪੂਰਾ ਬਰਗੇੜੀ ਬਣ ਜਾਣਾ 36000 ਮੁਲਾਜ਼ਮ ਜਦੋਂ ਪੱਕੇ ਕੀਤੇ ਗਏ ਤੇ ਇਹਦੇ ਨਾਲ ਪੰਜਾਬ ਸਰਕਾਰ ਦੇ ਉਸ ਖਜ਼ਾਨੇ ਦੇ ਉੱਤੇ ਹੋਰ ਬੋਝ ਕਿੰਨਾ ਵਧਣਾ ਜਿਹੜਾ ਖਜ਼ਾਨਾ ਪਹਿਲਾਂ ਹੀ ਖਾਲੀ ਗਾਗਰ ਵਰਗਾ ਖੜਕਦਾ ਪਿਆ ਉਹ ਸਾਰਾ ਕੁਝ ਵੇਖਣਾ ਪੈਣਾ ਖੈਰ ਅੱਜ ਉਹਨਾਂ ਨੇ ਫੈਸਲਾ ਕਰਕੇ ਪੰਜਾਬ ਦੇ ਸਾਰੇ ਮਹਿਕਮਿਆਂ ਨੂੰ ਚਿੱਠੀ ਲਿਖਤੀ ਆ ਕਿ ਹਰ ਮਹਿਕਮੇ ਚ ਤੁਸੀਂ ਰਿਪੋਰਟਾਂ ਲਓ ਵੀ ਤੁਹਾਡੇ ਕੋਲ ਕਿੰਨੇ ਕਿੰਨੇ ਮੁਲਾਜ਼ਮ ਕਿਹੜੀ ਕਿਹੜੀ ਬ੍ਰਾਂਚ ਚ ਕੀ ਕੀ ਕੰਮ ਕਰਨ ਵਾਸਤੇ ਕੱਚੇ ਰੱਖੇ ਉਹ ਸਾਰੀਆਂ ਲਿਸਟਾਂ ਸਾਨੂੰ ਭੇਜ ਦਿਓ ਲਿਸਟਾਂ ਬਣ ਲੱਗ ਪਈਆਂ ਨੇ ਜੇ ਇੰਨੀਆਂ ਲਿਸਟਾਂ ਸਰਕਾਰ ਕੋਲ ਚਲੀਆਂ ਜਾਂਦੀਆਂ ਜੇ ਸੱਚੀ ਮੁੱચી ਇਹ ਕੰਮ ਕਰ ਦੇਣ ਇਹ ਬਹੁਤ ਵੱਡਾ ਮਾਰਕਾ ਹੋਵੇਗਾ ਜੀ ਪਰ ਹੁੰਦਾ ਕਿ ਨਹੀਂ ਹੁੰਦਾ ਇਹ ਸਮਾਂ ਦੱਸੇਗਾ ਹਾਲ ਦੀ ਘੜੀ ਕੁਝ ਨਹੀਂ ਕਹਿਆ ਜਾ ਸਕਦਾ ਅੱਛਾ ਪੰਜ ਸੌ ਇੱਕ ਤਨ ਆਪਾਂ ਪੈਂਪਸਾ ਹਸਪਤਾਲ ਦੀ ਖਬਰ ਕੀਤੀ ਸੀ ਉਹ ਪਤਾ ਲੱਗਿਆ ਕਿ ਸਰਕਾਰ ਦਾ ਉੱਤੇ ਕਬਜ਼ਾ ਹੋ ਜਾਣਾ ਹੈ ਕੀ ਲੱਗਦਾ ਜਿਹੜੇ ਕਪਲੇ ਹੋਏ ਸੀਗੇ ਉਹ ਤਾਂ ਚਲੋ ਸਾਹਮਣੇ ਆਉਣੇ ਚਾਹੀਦੇ ਆ ਜੇਕਰ ਸਰਕਾਰ ਜ਼ਿੰਮੇਵਾਰੀ ਲੈਂਦੀ ਆ ਤਾਂ ਫਿਓਣ ਵਾਲੇ ਸਮੇਂ ਚ ਤਾਂ ਕੀ ਫਾਇਦਾ ਹੁੰਦਾ ਸਭ ਤੋਂ ਵੱਡਾ ਦੇਖੋ ਇਹ ਜਿੱਥੇ ਪੀਮਸ ਜਾਨੀ ਪੰਜਾਬ ਇੰਸਟੀਚਿਊਟ ਆਫ ਮੈਡੀਕਲ ਸਰਵਿਸ ਜਲੰਧਰ ਚ ਬਣਿਆ ਉਥੇ ਪਹਿਲਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਗੰਨਾ ਖੋਜ ਫਾਰਮ ਹੁੰਦਾ ਸੀ ਜੀ 1.5 200 ਏਕੜ ਪਤਾ ਨਹੀਂ ਕਿੰਨੇ ਏਕੜ ਦੇ ਵਿੱਚ ਹੁੰਦਾ ਸੀ ਕਾਫੀ ਵੱਡਾ ਫਾਰਮ ਸੀ ਅਸੀਂ ਡਿਫੈਂਸ ਕਲੋਨੀ ਤੋਂ ਤੇ ਅੱਡੇ ਤੋਂ ਆਉਂਦਿਆਂ ਗੜੇ ਵੱਲ ਨੂੰ ਜਾਂਦਿਆਂ ਜਾਂ ਅਰਬਨ ਸਟੇਟ ਨੂੰ ਜਾਂਦਿਆਂ ਇਹਦੇ ਵਿਚਾਲੇਆਂ ਦੀ ਦੋ ਰਸਤੇ ਲੰਘਦੇ ਸੀ ਉਹਨਾਂ ਦੋਵਾਂ ਸੜਕਾਂ ਤੋਂ ਬੜਾ ਚਿਰ ਲੰਘਦੇ ਰਿਹਾ ਸਾਲਾਂ ਬਦੀ ਲੰਘਦੇ ਮੁੱਖ ਮੰਤਰੀ ਬਿਆਨ ਸਿੰਘ ਦੀ ਸਰਕਾਰ ਨੇ ਫੈਸਲਾ ਕਰ ਲਿਆ ਕਿ ਇੱਥੇ ਮੈਡੀਕਲ ਕਾਲਜ ਬਣਾਉਣਾ ਜਿੱਦਾਂ ਦਾ ਚੰਡੀਗੜ੍ਹ ਚ ਪੀਜੀਆਈ ਕਾਲਜ ਹੈ ਪੀਜੀਆਈ ਹਸਪਤਾਲ ਹੈ ਉੱਤਰੀ ਭਾਰਤ ਦਾ ਸਭ ਤੋਂ ਵੱਡਾ ਮੈਡੀਕਲ ਇੰਸਟੀਚਿਊਟ ਹੈ ਉਹਦੇ ਵਰਗਾ ਇੱਥੇ ਬਣਾਉਣਾ ਫੈਸਲਾ ਵਧੀਆ ਸੀ ਫਿਰ ਉਹਦੇ ਵਾਸਤੇ ਪੈਸਾ ਚਾਹੀਦਾ ਇਹ ਸੋਚਿਆ ਗਿਆ ਕਿ ਗੰਨਾ ਖੋਜ ਫਾਰਮ ਦੇ ਵਿੱਚੋਂ 50-55 ਏਕੜ ਹਸਪਤਾਲ ਵਾਸਤੇ ਦੇ ਦਿਓ ਤੇ ਜਿਹੜੀ ਬਾਕੀ ਸਾਰੀ ਜ਼ਮੀਨ ਹੈ ਉਹ ਪੁਡਾ ਨੂੰ ਦੇ ਦਿਓ ਪੰਜਾਬ ਅਰਬਨ ਡਿਵੈਲਪਮੈਂਟ ਅਥਾਰਟੀ ਨੂੰ ਉਹ ਕਲੋਨੀ ਕਟੇ ਪਲਾਟ ਵਿੱਚ ਜਿਨੇ ਕਮਾਈ ਹੋਵੇ ਉਹ ਕਮਾਈ ਲਾ ਕੇ ਤੇ ਹਸਪਤਾਲ ਬਣਾ ਦਿਓ ਹਸਪਤਾਲ ਬਣਨਾ ਸ਼ੁਰੂ ਹੋ ਗਿਆ ਬਣਦਿਆਂ ਬਣਦਿਆਂ ਬਿਆਨ ਸਿੰਘ ਦਾ ਕਤਲ ਹੋ ਗਿਆ ਦੂਜਾ ਮੁੱਖ ਮੰਤਰੀ ਹਰਚਨ ਸਿੰਘ ਵਿਰਾੜ ਤੇਜੀ ਮੁੱਖ ਮੰਤਰੀ ਰਜਿੰਦਰ ਕੋਲ ਪਠੜ ਇਹਨਾਂ ਦੀ ਆਪਸੀ ਲੜਾਈ ਪਿੱਟ ਸਿਆਪੇ ਕਰਦਿਆਂ ਕਰਦਿਆਂ ਪ੍ਰਕਾਸ਼ ਸੋ ਬਾਦਰ ਉਹ ਰਿਆਂਗ ਉਦੋਂ ਤੱਕ ਬਿਲਡਿੰਗ ਬਣ ਗਈ ਸੀ ਇਹਨਾਂ ਨੇ ਆਪਣੇ ਇੱਕ ਮੰਤਰੀ ਦੇ ਪਰਿਵਾਰ ਦੀ ਕੰਪਨੀ ਨੂੰ ਉਹ ਕਿਸੇ ਤਰੀਕੇ ਕਰ ਕਰਾ ਕੇ ਤੇ ਕਾਲਜ ਸੌਂਪਤਾ ਤੁਸੀਂ ਚਲਾਓ ਟ੍ਰਿਪਲ ਪੀ 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 ਉਹਦਾ ਬਲ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਜਾਨੀ ਪ੍ਰਾਈਵੇਟ ਕੰਪਨੀ ਚਲਾਵੇਗੀ ਸਰਕਾਰ ਨੂੰ ਉਹਦਾ ਹਿੱਸਾ ਦੇਵੇਗੀ ਭਾਈ ਵਾਲੀ ਤੇ ਚਲੇਗਾ ਉਹ ਬਾਦ ਚਲਾ ਸਕਿਆ ਤਾਂ ਦੂਜੀ ਕੰਪਨੀ ਫਿਰ ਤੀਜੀ ਕੋਲ ਚਲਾ ਗਿਆ ਹੁਣ ਜਿਹੜੀ ਕੰਪਨੀ ਚਲਾ ਰਹੀ ਆ ਉਹ ਇਦਾਂ ਚਲਾ ਰਹੀ ਆ ਕਿ ਵਿਦਿਆਰਥੀਆਂ ਤੋਂ ਮੋਟੀਆਂ ਫੀਸਾਂ ਕਰੋੜਾ ਰੁਪਇਆ ਇਕੱਠਾ ਕਰ ਰਹੀ ਆ ਨਾ ਸਟਾਫ ਨੂੰ ਪੂਰੀਆਂ ਤਨਖਾਹਾਂ ਨਾ ਡਾਕਟਰਾਂ ਨੂੰ ਨਾ ਨਰਸਾਂ ਨੂੰ ਨਾ ਕਿੰਨੇ ਤੀਜੇ ਦਿਨੋਂ ਉੱਤਰਾਂ ਮਾਰ ਕੇ ਬੈਠੇ ਹੁੰਦੇ ਆ ਨਾ ਅਗਲੇ ਪਾਸੇ ਮਰੀਜ਼ਾਂ ਨੂੰ ਪੂਰੀਆਂ ਸਹੂਲਤਾਂ ਉਹ ਦਿੱਤੀਆਂ ਜਾ ਰਹੀਆਂ ਨੇ ਦੇਣੀਆਂ ਚਾਹੀਦੀਆਂ ਨੇ ਜੀ ਆਲੀ ਸ਼ਾਨ ਬਿਲਡਿੰਗ ਨਾਲ ਦੇ ਕੋਲ ਹੈ ਜਿਹੜੀ ਕਿਸੇ 5 ਸਟਾਰ ਹੋਟਲ ਕੋਲ ਹੋ ਸਕਦੀ ਉਹ ਇਹਨਾਂ ਕੋਲ ਤੇ ਅੱਗੋਂ ਹਾਲਤੇ ਆ ਕਿ ਨਵੇਂ ਮੁੱਖ ਮੰਤਰੀ ਨੇ ਆ ਕੇ ਆਖਿਆ ਕਿ ਇਸ ਕਾਲਜ ਦਾ ਵੀ ਆਪਾਂ ਹਾਲ ਪੁੱਛੀਏ ਉਹਨਾਂ ਨੂੰ ਵਖੋ ਜੀ ਗਵਰਨਿੰਗ ਬੋਰਡ ਦੀ ਮੀਟਿੰਗ ਕਦੋਂ ਦੀ ਰੱਖੀ ਹੈ ਤੇ ਅੱਗੋਂ ਕਦੋਂ ਰੱਖਣੀ ਹੈ ਪਤਾ ਲੱਗਾ ਕਿ ਪਿਛਲੇ 6 ਸਾਲਾਂ ਵਿੱਚ ਉਸ ਹਸਪਤਾਲ ਦੀ ਗਵਰਨਿੰਗ ਬੋਰਡ ਦੀ ਮੀਟਿੰਗ ਨਹੀਂ ਹੋਈ ਜੀ 6 ਸਾਲਾਂ ਦਾ ਮਤਲਬ ਕੀ ਹੈ ਕਿ 6 ਮਹੀਨੇ ਚ ਚੰਗੀ ਸੋਚ ਨਹੀਂ ਦੇ ਕੱਢ ਦਿਓ 4.5 ਸਾਲ ਕੈਪਟਨ ਰਵਿੰਦਰ ਸਿੰਘ ਦੇ ਕੱਢ ਦਿਓ 5 ਹੋਗੇ ਉਦੋਂ ਪਛਾਹ ਕਾਲੀ ਭਾਜਪਾ ਸਰਕਾਰ ਦਾ ਵੀ 1 ਸਾਲ ਕੱਢ ਦਿਓ 6 ਸਾਲ ਹੋ ਗਏ ਆ ਜਿਹੜੇ ਹਸਪਤਲ ਦੀ ਗਵਰਨਿੰਗ ਬੋਰਡ ਨੇ ਆਪਣੀ ਮੀਟਿੰਗ ਨਹੀਂ ਕੀਤੀ ਉਹ ਹਸਪਤਲ ਖਵਾ ਚੱਲਦਾ ਪਿਆ ਫਿਰ ਉਹਨਾਂ ਨੇ ਆਖਿਆ ਕਿ ਤੁਹਾਡੇ ਵੱਲ ਇੰਨੇ ਕਰੋੜ ਰੁਪਏ ਬਣਦੇ ਆ ਪੰਜਾਬ ਸਰਕਾਰ ਦੇ ਪੈਸੇ ਕੱਢੋ ਨਾਲ ਉਦੋਂ ਹੀ ਇਹ ਫੈਸਲਾ ਕਰ ਲਿਆ ਸੀ ਕਿ ਚਲਾਉਣ ਜੋਗੇ ਨਹੀਂ ਜਾਂ ਚਲਾਉਣ ਵਾਲੇ ਨਹੀਂ ਨੀਤਾ ਕੋਟ ਇਸ ਕਰਕੇ ਇਹ ਹਸਪਤਲ ਇਹਨਾਂ ਕੋਲ ਨਹੀਂ ਰਹਿਣ ਦੇਣਾ ਅੱਜ ਹੁਣ ਦੁਪਹਿਰੇ ਖਬਰ ਆ ਗਈ ਆ ਕਿ ਪੰਜਾਬ ਸਰਕਾਰ ਨੇ ਫੈਸਲਾ ਕਰ ਲਿਆ ਅਗਲਿਆਂ ਦੇ ਨਾਲ ਤਿਆਰੀ ਪੂਰੀ ਆ ਜੀ ਬਕਾਇਦਾ ਫੈਸਲਾ ਮੰਤਰੀ ਮੰਡਲ ਦੀ ਮੀਟਿੰਗ 'ਚ ਹੋਵੇਗਾ ਉਹਨੂੰ ਵਿਧਾਨ ਸਭਾ 'ਚ ਵੀ ਪਾਸ ਕਰਾਉਣਾ ਪਏਗਾ ਪਰ ਆਪਸ ਵਿੱਚ ਇਹ ਤੈਅ ਹੋ ਗਿਆ ਕਿ ਫਾਈਲਾਂ ਕਰੋ ਤਿਆਰ ਇਹ ਬੰਡਲ ਬਣ ਕੇ ਹੁਣ ਵਾਲੀ ਮੈਨੇਜਮੈਂਟ ਪਾਸੇ ਕਰ ਦਿਓ ਤੇ ਕਾਲਜ ਸਰਕਾਰ ਆਪ ਚਲਾਏਗੀ ਜੇ ਚਲਾਉਣ ਤੇ ਮੇਰਾ ਕਰ ਲੋਕਾਂ ਦੇ ਵਿੱਚ ਪਲਈ ਹੋਵੇਗਾ ਜੀ ਪਰ ਸਭ ਖਬਰਾਂ ਤਾਂ ਹੋਰ ਵੀ ਬਹੁਤ ਸਾਰੀਆਂ ਸੰਪਰਸਮ ਹੋਰ ਇਜਾਜ਼ਤ ਨਹੀਂ ਦਿੰਦਾ ਤੁਸੀਂ ਚਰਚਾ ਕੀਤੀ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ ਸੋ ਅਜੇ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ ਮੈਨੂੰ ਨਵਜੀਤ ਨੂੰ ਦੇ ਇਜਾਜ਼ਤ ਦੇਕਰੋ ਪ੍ਰਾਈਮੇਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ